ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਆਪਣੇ ਹਰ ਪਹਿ ਬੇਨਤੀ ਕਹੀਐ ਚਾਰ ਪਦਾਰਥ ਆਨੰਦ ਮੰਗਲ ਨਿਤ ਸੁਖ ਸਹਿਜ ਸਿੱਧ ਲਹੀਐ ਆਪਣੇ ਹਰ ਪਹਿ ਬੇਨਤੀ ਕਹੀਐ ਚਾਰ ਪਦਾਰਥ ਆਨੰਦ ਮੰਗਲ ਨਿਦ ਸੁਖ ਸਹਿਜ ਸਿੱਧ ਲਹੀਐ ਰਹਾਉ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਐ ਆਂਚ ਨਾ ਲਾਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਆਹੀਐ ਕੋਟ ਪਰਾਦ ਮਹਾ ਅਕ੍ਰਿਤ ਘਨ ਬਾਹੁਰ ਬਾਹੁਰ ਪ੍ਰਭ ਸਹੀਐ ਕਰੁਣਾ ਮੈਂ ਪੂਰਨ ਪਰਮੇਸ਼ਵਰ ਨਾਨਕ ਤਿਸ ਸਰ ਨਹੀਐ ਕੋਟ ਪਰਾਦ ਮਹਾ ਅਕ੍ਰਿਤ ਘਨ ਬਾਹੁਰ ਬਾਹੁਰ ਪ੍ਰਭ ਸਹੀਐ ਕਰੁਣਾ ਮੈਂ ਪੂਰਨ ਪਰਮੇਸ਼ਵਰ ਨਾਨਕ ਤਿਸ ਸਰ ਨਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹਾ ਹਉ ਕਰੀ ਵਖਿਆਨ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ
ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਪਾਵਨ ਬਾਣੀ ਦੇ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਗ ਦੇਵ ਗੰਧਾਰੀ ਦੇ ਅੰਦਰ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 531 ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ, ਵਿਚਾਰ ਆਓ ਆਪਾਂ ਸਾਰੇ ਅਕਾਲ ਪੁਰਖ ਅਤੇ ਗੁਰੂ ਦੀ ਕਿਰਪਾ ਨਾਲ ਸਾਂਝੀ ਕਰਨ ਦਾ ਯਤਨ ਕਰੀਏ। ਜਿੰਨੇ ਵੀ ਸਰੋਤਾ ਜਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਸਤਿਗੁਰਾਂ ਦੀ ਵਿਚਾਰਧਾਰਾ ਦੇ ਨਾਲ ਜੁੜਨ ਵਾਸਤੇ ਸਾਰੇ ਸਤਸੰਗੀ ਜਨੋ ਆਓ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੋ। ਧਿਆਨ ਸਤਿਗੁਰਾਂ ਦੇ ਚਰਨਾਂ ਨਾਲ ਜੋੜੋ, ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਰੋ ਕਿਰਪਾ ਸਾਰੇ ਸਤਸੰਗੀ, ਬੇਨਤੀ ਕਰਾਂਗਾ ਭਾਵੇਂ ਇੱਕ ਬਹਾਨਾ ਸਤਿਗੁਰਾਂ ਦੀ ਸ਼ਰਨ ਵਿੱਚ ਜੁੜਨ ਦਾ ਆਪ ਜੀ ਨੂੰ ਪ੍ਰਾਪਤ ਹੋਇਆ। ਵੇਖੋ ਕੁਝ ਪ੍ਰੇਮੀ ਗੁਰੂ ਦਰਬਾਰ ਦੇ ਅੰਦਰ ਵਿਸ਼ੇਸ਼ ਤੌਰ ਤੇ ਸ਼ਬਦ ਦੀ ਵਿਚਾਰ ਸੁਣਨ ਵਾਸਤੇ ਆਏ ਨੇ ਤੇ ਕੁਝ ਆਰਾਮ ਵੀ ਕਰ ਰਹੇ ਨੇ, ਪਰ ਮੈਂ ਬੇਨਤੀ ਕਰਾਂ ਜੇ ਆਪਾਂ ਨੂੰ ਸੁਭਾਗ ਪ੍ਰਾਪਤ ਹੋਇਆ ਗੁਰੂ ਚਰਨਾਂ ਦੇ ਅੰਦਰ ਜੁੜਨ ਦਾ, ਤੇ ਆਓ ਆਪਣੇ ਦੁਨਿਆਵੀ ਜਿਹੜੇ ਕੀਰਨੇ ਨੇ ਨਾ, ਦੁਨਿਆਵੀ ਗੱਲਾਂ, ਇਹਨਾਂ ਨੂੰ ਛੱਡੋ ਤੇ ਕੇਵਲ ਸਤਿਗੁਰਾਂ ਦੀ ਵਿਚਾਰਧਾਰਾ ਦੇ ਨਾਲ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਹਰ ਪਹਿ ਬੇਨਤੀ ਕਹੀਐ। ਇਹ ਸ਼ਬਦ ਦੇ ਰਹਾਉ ਦੇ ਬੰਧ ਦੀ ਪਹਿਲੀ ਪੰਕਤੀ ਹੈ, ਆਰੰਭਕ ਪੰਕਤੀ।
ਜਿਸ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਆਪਣੇ ਹਰੀ ਕੋਲ ਬੇਨਤੀ ਕਰੀਏ ਕਹੀਏ ਤੋਂ ਭਾਵ ਕਰਨੀ ਚਾਹੀਦੀ ਕਹਿਣੀ ਚਾਹੀਦੀ ਇਹ ਕੰਮ ਸਾਡੀ ਮਰਜ਼ੀ ਤੇ ਡਿਪੈਂਡ ਨਹੀਂ ਕਰਦਾ ਨਿਰਭਰ ਨਹੀਂ ਕਰਦਾ ਵੀ ਕਰਨੀ ਤੇ ਕਰ ਲਈਏ ਨਹੀਂ ਕਰਨੀ ਤੇ ਨਾ ਕਰੀਏ ਨਹੀਂ ਬੜਾ ਜ਼ਰੂਰੀ ਕੰਮ ਹੈ ਜਿਹੜਾ ਕਰਨ ਵਾਸਤੇ ਸਤਿਗੁਰੂ ਸਾਨੂੰ ਪ੍ਰੇਰਨਾ ਕਰ ਰਹੇ ਨੇ ਹੇ ਭਾਈ ਆਪਣੇ ਹਰੀ ਕੋਲ ਬੇਨਤੀ ਜਿਹੜੀ ਹੈ ਉਹਨੂੰ ਕਰਨਾ ਕਰੀਏ ਕਹਿਣਾ ਕਰੀਏ ਕਿਉਂ ਕਿਉਂਕਿ ਵਾਹਿਗੁਰੂ ਪਰਮਾਤਮਾ ਦੇ ਕੋਲ ਅਰਜ਼ੋਈ ਕਰਨ ਤੋਂ ਬਗੈਰ ਅਰਦਾਸ ਕਰਨ ਤੋਂ ਬਗੈਰ ਬੇਨਤੀ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਹੀ ਨਹੀਂ ਗੁਰੂ ਕੇ ਕੀਰਤਨੀਏ ਆ ਹੁਣੇ ਹੁਣੇ ਆਸਾ ਕੀ ਵਾਰ ਦਾ ਕੀਰਤਨ ਕਰਕੇ ਗਏ ਨੇ ਬੜੇ ਪਿਆਰੇ ਬਚਨ ਨੇ ਬਾਬਾ ਨਾਨਕ ਜੀ ਦੇ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਵਾਹਿਗੁਰੂ ਕੋਲ ਕਿਸੇ ਦਾ ਹੁਕਮ ਨਹੀਂ ਚੱਲਦਾ ਕਿਉਂਕਿ ਹੁਕਮ ਵਾਹਿਗੁਰੂ ਪਰਮਾਤਮਾ ਨੇ ਕਰਨਾ ਹੈ ਅਸੀਂ ਕੇਵਲ ਤੇ ਕੇਵਲ ਹੁਕਮ ਨੂੰ ਆਪਣੇ ਜੀਵਨ ਦੇ ਅੰਦਰ ਮੰਨਣਾ ਹੈ ਕਰਨਾ ਨਹੀਂ ਜਿਹੜੇ ਬੰਦੇ ਹੁਕਮੀ ਬਣੇ ਜਿਨ੍ਹਾਂ ਨੇ ਹੁਕਮ ਕਰਨ ਦਾ ਯਤਨ ਕੀਤਾ ਵਾਹਿਗੁਰੂ ਦੇ ਸ਼ਰੀਕ ਬਣੇ ਉਹ ਵਾਹਿਗੁਰੂ ਪਰਮਾਤਮਾ ਦੇ ਸ਼ਰੀਕ ਨਾ ਬਣ ਸਕੇ ਸ਼ਰੀਕ ਤੋਂ ਭਾਵ ਹੈ ਬਰਾਬਰੀ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਦੇ ਨਾਲ ਸ਼ਰੀਕਾ ਕਰਨ ਵਾਲਾ ਸਤਿਗੁਰੂ ਕਿਰਪਾ ਕਰਦੇ ਨੇ ਹੁਕਮ ਵਾਹਿਗੁਰੂ ਦਾ ਚੱਲਣਾ ਤੇ ਮੰਨਣਾ ਹੈ ਜੀਵ ਨੇ ਹਾਂ ਜੀਵ ਦੀਆਂ ਬੇਨਤੀਆਂ ਅਰਜ਼ੋਈਆਂ ਅਰਦਾਸਾਂ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੀਆਂ ਨੇ ਇੱਕ ਬਚਨ ਹੈ ਧਨਾਸਰੀ ਰਾਗ ਦੇ ਅੰਦਰ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗਰ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦਨੀਕੀ ਖਟਾਨੀ ਤੇ ਰਹਾਓ ਦੇ ਬਾਅਦ ਵਿੱਚ ਕਿਰਪਾ ਕਰਦੇ ਨੇ ਜੀ ਕੀ ਇੱਕ ਹੀ ਪਹਿ ਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਕੇਵਲ ਜੇ ਮੰਨੀ ਜਾਂਦੀ ਹੈ ਬੇਨਤੀ ਅਰਜ਼ੋਈ ਅਰਦਾਸ ਪਰ ਭਾਵਨਾ ਬੇਨਤੀ ਕਰਨ ਲੱਗਿਆ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਹ ਸਾਨੂੰ ਸਮਝ ਹੋਵੇ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ ਕਿਉਂਕਿ ਮੇਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸਤਿਗੁਰੂ
ਬਾਬਾ ਨਾਨਕ ਜੀ ਰਾਏ ਭੋਈ ਦੀ ਤਲਵੰਡੀ ਤੋਂ ਸੁਲਤਾਨਪੁਰ ਵੱਲ ਜਾਣ ਦੇ ਲਈ ਤਿਆਰ ਹੋਏ ਤੇ ਸਤਿਗੁਰਾਂ ਦੇ ਪ੍ਰੇਮੀ ਮੁਸਲਮਾਨਾਂ ਦੇ ਘਰ ਵਿੱਚ ਜਨਮ ਲੈਣ ਵਾਲੇ ਰਾਏ ਬੁਲਾਰ ਸਤਿਗੁਰਾਂ ਦਾ ਪ੍ਰਸ਼ਾਦਾ ਆਪਣੇ ਘਰ ਵਿੱਚ ਕਰਦੇ ਨੇ। ਵਿਦਵਾਨਾਂ ਨੇ ਲਿਖਿਆ ਪ੍ਰੀਤੀ ਭੋਜਨ, ਪਿਆਰ ਨਾਲ ਕੀਤਾ ਹੋਇਆ ਭੋਜਨ, ਸਤਿਗੁਰਾਂ ਨੂੰ ਆਪਣੇ ਘਰ ਸੱਦਾ ਦਿੱਤਾ, ਭੋਜਨ ਛਕਦਿਆਂ ਰਾਏ ਬੁਲਾਰ ਨੇ ਇੱਕ ਬੇਨਤੀ ਕੀਤੀ, ਆਖਣ ਲੱਗੇ ਸਤਿਗੁਰੂ ਸਰੀਰ ਕਮਜ਼ੋਰ ਹੈ, ਜਰਜਰਾ ਵਡੇਰੀ ਉਮਰ ਦਾ ਹੋ ਗਿਆ, ਪਤਾ ਨਹੀਂ ਦੁਬਾਰਾ ਮੇਲ ਹੋਣਾ ਹੈ ਜਾਂ ਨਹੀਂ ਹੋਣਾ, ਕੋਈ ਉਪਦੇਸ਼ ਕਰ ਦਿਓ। ਜਦੋਂ ਰਾਏ ਬੁਲਾਰ ਨੇ ਬੇਨਤੀ ਕੀਤੀ, ਸਤਿਗੁਰਾਂ ਨੇ ਤਰੁੱਠ ਕੇ ਇੱਕ ਗੱਲ ਕਹੀ, ਆਖਣ ਲੱਗੇ ਰਾਏ ਜੀ ਜਦੋਂ ਤੁਹਾਡਾ ਆਪਣਾ ਬਲ ਕੰਮ ਨਾ ਕਰੇ, ਤੁਹਾਡਾ ਆਪਣਾ ਬਲ ਕੰਮ ਨਾ ਕਰੇ, ਉਸ ਵੇਲੇ ਵਾਹਿਗੁਰੂ ਪਰਮਾਤਮਾ ਜਿਹੜਾ ਸਰਬ ਸ਼ਕਤੀਵਾਨ ਹੈ ਉਸ ਦੀ ਸ਼ਰਨ ਵਿੱਚ ਪੈ ਜਾਣਾ, ਉਸ ਦੀ ਸ਼ਰਨ ਵਿੱਚ ਪੈ ਜਾਣਾ ਤੇ ਉਸ ਦੇ ਚਰਨਾਂ ਵਿੱਚ ਅਰਦਾਸ ਕਰਨੀ। ਇਹ ਉਪਦੇਸ਼ ਬਾਬਾ ਨਾਨਕ ਨੇ ਰਾਏ ਬੁਲਾਰ ਨੂੰ ਦਿੱਤਾ। ਇਸ ਉਪਦੇਸ਼ ਦੀ ਸਾਨੂੰ ਵੀ ਲੋੜ ਹੈ, ਕਿਉਂਕਿ ਸਤਸੰਗਤ ਅਸੀਂ ਤਾਂ ਪੈਰ ਪੈਰ ਤੇ ਆਪਣਾ ਬਲ ਹਾਰ ਜਾਂਦੇ ਹਾਂ, ਪੈਰ ਪੈਰ ਤੇ। ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਐਸੇ ਮੌਕੇ ਆਉਂਦੇ ਨੇ ਜਦੋਂ ਸਾਡਾ ਆਪਣਾ ਬਲ ਕੰਮ ਨਹੀਂ ਕਰਦਾ, ਤਾਕਤ ਕੰਮ ਨਹੀਂ ਕਰਦੀ, ਪਰ ਫਿਰ ਵੀ ਅਸੀਂ ਵਾਹਿਗੁਰੂ ਵੱਲ ਨਹੀਂ ਵੇਖਦੇ, ਵਾਹਿਗੁਰੂ ਕੋਲ ਬੇਨਤੀ ਨਹੀਂ ਕਰਦੇ, ਬਲਕਿ ਸਤਸੰਗਤ ਉਹਨਾਂ ਕੋਲ ਜਾ ਕੇ ਬੇਨਤੀਆਂ ਕਰਦੇ ਹਾਂ ਜਿਹੜੇ ਆਪ ਰੱਬ ਨਾਲੋਂ ਟੁੱਟੇ ਹੋਏ ਨੇ। ਫਿਰ ਧਿਆਨ ਦੇਵਿਓ, ਉਹਨਾਂ ਦਾ ਆਸਰਾ ਲੈਂਦੇ ਹਾਂ ਜਿਹੜੇ ਰੱਬ ਦੇ ਸ਼ਰੀਕ ਬਣੇ ਹੋਏ ਨੇ। ਸਾਡਾ ਧਿਆਨ ਵਾਹਿਗੁਰੂ ਵੱਲ ਜਾਣਾ ਚਾਹੀਦਾ, ਕੇਵਲ ਵਾਹਿਗੁਰੂ ਨੂੰ ਉਲਾਮੇ ਨਾ ਦੇਈਏ, ਸ਼ਿਕਵੇ ਨਾ ਕਰੀਏ, ਬਲਕਿ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰੀਏ ਤੇ ਸਤਿਗੁਰਾਂ ਨੂੰ ਇਉਂ ਆਖੀਏ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ, ਫਿਰ ਦਰੋਪਤੀ ਲਾਜ ਰੱਖੇ ਹਰ ਪ੍ਰਭ ਜੀ, ਸ਼ੇਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਬਦਾ ਤੇ ਰਾਖਿਆ, ਗਨਕਾ ਪੜਤ ਪੂਰੇ ਤੈ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਆਪਣੀ ਹਰ ਪੈ ਬੇਨਤੀ ਕਹੀ ਹੈ, ਕਿਵੇਂ ਪ੍ਰਭ ਦਾਤੋ ਦਾ ਤਾਰ ਪਰਿਓ ਜਾਚਕ ਇੱਕ ਸ਼ਰਨਾ, ਮਿਲੇ ਦਾਨ ਸੰਤਰੇਨ ਜਿਹ ਲਗ ਭੌਜਲ ਤਰਨਾ, ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਹ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਆਪਣੀ ਹਰ ਪੈ ਬੇਨਤੀ ਕਹੀ ਹੈ, ਵਾਹਿਗੁਰੂ ਕੋਲ ਬੇਨਤੀ ਕਰਨੀ,
ਕਿਉਂਕਿ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛਾੜ ਸਿਆਣਪ ਸਗਰ ਮਨ ਤਨ ਅਰਪ ਧਰ ਬੇਨਤੀ ਕਰਨੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲਾਂ ਸਾਨੂੰ ਵਾਹਿਗੁਰੂ ਦੀ ਹਜ਼ੂਰੀ ਵਿੱਚ ਪੈਣ ਦੀ ਪ੍ਰੇਰਨਾ ਕਰਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਪੈਣ ਦੀ ਪ੍ਰੇਰਨਾ ਕਰਦੇ ਨੇ ਕਿਉਂਕਿ ਜਿਹੜਾ ਬੇਨਤੀਆਂ ਕਰੇਗਾ ਅਰਦਾਸਾਂ ਕਰੇਗਾ ਅਰਜ਼ੋਈਆਂ ਕਰੇਗਾ ਉਹ ਆਪਾ ਭਾਵ ਨਹੀਂ ਜਨਾਵੇਗਾ ਉਹ ਆਪਾ ਭਾਵ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਪਿਆ ਰਹੇਗਾ ਪਹਿਲੀ ਪੰਕਤੀ ਵਿੱਚ ਕਿਰਪਾ ਕੀਤੀ ਆਪਣੀ ਹਰ ਪੈ ਬੇਨਤੀ ਕਹੀ ਹੈ ਤੇ ਹੁਣ ਅਗਲੀ ਜਿਹੜੀ ਗੱਲ ਹੈ ਨਾ ਸਤਿਗੁਰੂ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ ਬੇਨਤੀਆਂ ਕਰਾਂਗੇ ਅਰਜ਼ੋਈਆਂ ਕਰਾਂਗੇ ਅਰਦਾਸਾਂ ਕਰਾਂਗੇ ਲਾਭ ਕੀ ਹੋਵੇਗਾ ਵਾਹਿਗੁਰੂ ਕੋਲ ਬੇਨਤੀ ਕਰਾਂਗੇ ਵਾਹਿਗੁਰੂ ਜੀ ਕੋਲ ਅਰਦਾਸ ਕਰਾਂਗੇ ਸਾਨੂੰ ਲਾਭ ਕੀ ਪ੍ਰਾਪਤ ਹੋਵੇਗਾ ਤੇ ਅਗਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ ਹੈ ਚਾਰ ਪਦਾਰਥ ਆਨੰਦ ਮੰਗਲ ਨਿਦ ਸੁਖ ਸਹਿਜ ਸਿੱਧ ਲਹੀਐ ਚਾਰ ਪਦਾਰਥ ਇਹਨਾਂ ਦਾ ਜ਼ਿਕਰ ਬਾਣੀ ਦੇ ਵਿੱਚ ਬਹੁਤ ਆਇਆ ਇਹ ਹਨ ਦੋ ਲੋਕ ਦੇ ਤੇ ਦੋ ਪਰਲੋਕ ਦੇ ਧਰਮ ਅਰਥ ਕਾਮ ਮੋਖ ਧਰਮ ਤੇ ਮੋਖ ਇਹ ਹਨ ਪਰਲੋਕ ਦੇ ਤੇ ਜਿਹੜਾ ਕਾਮ ਤੇ ਅਰਥ ਹੈ ਇਹ ਹਨ ਲੋਕ ਦੇ ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਨੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਾਈ ਸਿਮਰ ਸਿਮਰ ਵਿਧਾਤਾ ਆਪਾਂ ਕਹਿੰਦੇ ਹਾਂ ਨਾ ਬੜਾ ਯਤਨ ਕੀਤਾ ਪਰ ਪੂਰੀ ਨਹੀਂ ਪੈਂਦੀ ਭਾਵ ਸਰਦਾ ਨਹੀਂ ਜੇ ਪੂਰੀ ਪੈ ਜਾਵੇ ਤੇ ਆਪਾਂ ਕਹਿੰਦੇ ਹਾਂ ਵੀ ਹੱਥ ਬੜਾ ਸੌਖਾ ਹੈ ਬੜਾ ਸੋਹਣਾ ਸਰਦਾ ਤੇ ਕਈ ਵਾਰੀ ਬੰਦਾ ਸਾਰੀ ਜ਼ਿੰਦਗੀ ਥੁੜਿਆ ਰਹਿੰਦਾ ਸਾਰੀ ਜ਼ਿੰਦਗੀ ਪਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਵਿਧਾਤਾ ਨੂੰ ਸਿਮਰ ਸਿਰਜਣਹਾਰ ਨੂੰ ਯਾਦ ਕਰ ਪੂਰੀ ਪੈ ਜਾਏਗੀ ਤੇ ਫਿਰ ਤੈਨੂੰ ਲੋਕ ਦੇ ਪਦਾਰਥ ਵੀ ਮਿਲ ਜਾਣਗੇ ਪਰਲੋਕ ਦੇ ਪਦਾਰਥ ਵੀ ਮਿਲ ਜਾਣਗੇ ਕੋਈ ਕਮੀ ਨਹੀਂ ਰਹੇਗੀ ਇੱਕ ਹੋਰ ਧਿਆਨ ਰੱਖਣਾ ਆਮ ਬੰਦਿਆਂ ਕੋਲੋਂ ਮੰਗਾਂਗੇ ਤੇ ਹੋ ਸਕਦਾ ਟਾਲ ਮਟੋਲ ਕਰੀ ਜਾਣ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਮਹੀਨਿਆਂ ਤੇ ਵੀ ਗੱਲ ਪੈ ਜਾਂਦੀ ਹੈ ਤੇ ਕਈ ਵਾਰੀ ਮੰਗਦਿਆਂ ਮੰਗਦਿਆਂ ਸਾਲ ਵੀ ਲੰਘ ਜਾਂਦੇ ਨੇ ਦੁਰਵਾਰੀ ਵੀ ਬੰਦੇ ਟਾਲੀ ਜਾਂਦੇ ਨੇ ਪਰ ਭਗਤ ਕਬੀਰ ਜੀ ਵਾਹਿਗੁਰੂ ਤੇ ਆਪ ਭਰੋਸਾ ਰੱਖਦੇ ਨੇ ਸਾਡਾ ਯਕੀਨ ਸਾਡਾ ਵਿਸ਼ਵਾਸ ਸਾਡਾ ਭਰੋਸਾ ਰੱਬ ਉੱਤੇ ਬਣਾਉਂਦੇ ਨੇ ਤੇ ਬੇਨਤੀ ਕਰਾਂ ਪਿਆਰਿਓ ਬਾਰੀ ਪੜ੍ਹਨੀ ਬਾਰੀ ਸੁਣਨੀ ਬਾਰੀ ਵਿਚਾਰਨੀ ਬਾਰੀ ਗਾਉਣੀ ਇਸਦਾ ਭਾਵ ਕੀ ਹੈ ਬਾਰੀ ਪੜ੍ਹਦਿਆਂ ਬਾਰੀ ਵਿਚਾਰਦਿਆਂ ਬਾਰੀ ਗਾਉਂਦਿਆਂ ਬਾਰੀ ਸੁਣਦਿਆਂ ਬਾਰੀ ਵਾਰੇ ਉੱਤੇ ਸਾਡਾ ਭਰੋਸਾ ਹੋ ਜਾਵੇ ਬਾਰੀ ਵਾਰੇ ਉੱਤੇ ਸਾਡਾ ਵਿਸ਼ਵਾਸ ਹੋ ਜਾਵੇ ਜੇ ਵਿਸ਼ਵਾਸ ਨਹੀਂ ਪੜ੍ਹੀ ਜਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਪੰਗਤੀਆਂ ਰੱਬ ਉੱਤੇ ਭਰੋਸਾ ਵਿਸ਼ਵਾਸ ਸਾਡਾ ਪੱਕੀਆਂ ਕਰਦੇ ਨੇ
ਤੇ ਭਗਤ ਜੀ ਦੇ ਇੱਕ ਬਚਨ ਨੇ, ਬਹੁਤ ਵਾਰੀ ਇਸ ਸ਼ਬਦ ਦੇ ਅੰਦਰ ਆਪਾਂ ਪੜ੍ਹਦਿਆਂ ਦਰ ਮੰਨਦੇ ਠਾਡੇ ਦਰਬਾਰ, ਇਸ ਦਾ ਅਖੀਰਲਾ ਬੰਦ ਹੈ, ਕਹੋ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਹਿ ਬਾਰ। ਇੱਥੇ ਬਾਰ ਦਾ ਭਾਵ ਹੈ ਦੇਰ। ਵਾਹਿਗੁਰੂ ਜੀ ਤੂੰ ਐਸਾ ਸਮਰੱਥ ਦਾਤਾ ਹੈ, ਚਾਰ ਪਦਾਰਥ ਦੇਂਦਿਆਂ ਜਿਸ ਉੱਤੇ ਤੂੰ ਤਰੁੱਠ ਜਾਂਦਾ ਕਿਰਪਾ ਕਰ ਦੇਣਾ, ਦੇਰ ਹੀ ਨਹੀਂ ਲਾਂਦਾ, ਝੱਟ ਵਿੱਚ ਤੂੰ ਕਿਰਪਾ ਕਰ ਦੇਣਾ, ਅੱਖ ਝਮਕਣ ਦੇ ਸਮੇਂ ਵਿੱਚ ਤੂੰ ਕਿਰਪਾ ਕਰ ਦੇਣਾ। ਕਹੋ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਹਿ ਬਾਰ। ਮਹਾਰਾਜ ਕਿਰਪਾ ਕਰਦੇ ਨੇ, ਕਰ ਬੇਨਤੀਆਂ ਵਾਹਿਗੁਰੂ ਦੇ ਚਰਨਾਂ ਵਿੱਚ, ਪਹਿਲੀ ਗੱਲ ਚਾਰ ਪਦਾਰਥ ਤੈਨੂੰ ਪ੍ਰਾਪਤ ਹੋ ਜਾਣਗੇ, ਕਿਉਂਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲੱਗੈ। ਬੇਨਤੀ ਵਾਹਿਗੁਰੂ ਦੇ ਚਰਨਾਂ ਵਿੱਚ ਕਰ, ਵਾਹਿਗੁਰੂ ਨੂੰ ਛੱਡ ਕੇ ਹੋਰਨਾਂ ਦੇ ਕੋਲੋਂ ਮੰਗ ਕਰੇਗਾ ਤੇ ਮਹਾਰਾਜ ਆਖਦੇ ਨੇ, ਮਾਨੁਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਚਾਰ ਪਦਾਰਥ, ਪਹਿਲੀ ਗੱਲ ਵਾਹਿਗੁਰੂ ਕੋਲ ਬੇਨਤੀ ਕਰੇਗਾ ਤੈਨੂੰ ਮਿਲਣਗੇ। ਤੇ ਖਿਆਲ ਕਰਿਓ, ਸਾਡੇ ਕੀਰਤਨ ਦਰਬਾਰ, ਗੁਰਮਤ ਸਮਾਗਮ, ਪਾਠਾਂ ਦੀਆਂ ਲੜੀਆਂ, ਇਹ ਕਿਉਂ ਆਪਾਂ ਕਰਾਉਂਦੇ ਹਾਂ? ਕੇਵਲ ਤੇ ਕੇਵਲ ਸਾਨੂੰ ਦੁਨਿਆਵੀ ਤੌਰ ਤੇ ਦੁਨਿਆਵੀ ਲੋਕਾਂ ਵੱਲੋਂ ਮਾਣ ਸਤਿਕਾਰ ਮਿਲੇ ਤੇ ਧਨ ਪਦਾਰਥ ਸਾਨੂੰ ਪ੍ਰਾਪਤ ਹੋਣ। ਸਤਿਗੁਰੂ ਜੀ ਆਖਦੇ ਨੇ, ਬੇਨਤੀ ਵਾਹਿਗੁਰੂ ਕੋਲ ਕਰ, ਚਾਰ ਪਦਾਰਥ ਤੈਨੂੰ ਪ੍ਰਾਪਤ ਹੋਣਗੇ, ਫਿਰ ਆਨੰਦ ਮੰਗਲ ਨਿਤ। ਆਨੰਦ ਖੁਸ਼ੀ, ਮੰਗਲ ਖੁਸ਼ੀ, ਨਿਤ ਖਜ਼ਾਨਾ, ਭਾਵ ਤੈਨੂੰ ਬੇਅੰਤ ਆਨੰਦ, ਬੇਅੰਤ ਖੁਸ਼ੀਆ। ਖਜ਼ਾਨੇ ਦਾ ਭਾਵ ਹੈ ਜਿੱਥੇ ਕੋਈ ਕਮੀ ਨਾ ਆਵੇ, ਜਿੱਥੇ ਕੋਈ ਤੋਟ ਨਾ ਆਵੇ। ਵਾਹਿਗੁਰੂ ਪਰਮਾਤਮਾ ਕੋਲ ਬੇਨਤੀ ਕਰ, ਜਿੱਥੇ ਤੈਨੂੰ ਚਾਰ ਪਦਾਰਥ ਮਿਲਣਗੇ ਉੱਥੇ ਨਾਲ ਤੈਨੂੰ ਖੁਸ਼ੀਆਂ ਵੀ ਪ੍ਰਾਪਤ ਹੋਣਗੀਆਂ। ਸਤ ਸੰਗਤ, ਅੱਜ ਕਿਸੇ ਵੀ ਅਮੀਰ ਤੋਂ ਅਮੀਰ ਬੰਦੇ ਦੇ ਕੋਲ ਗੱਲ ਕਰਕੇ ਵੇਖੋ, ਤੈਨੂੰ ਅਮੀਰੀ ਚਾਹੀਦੀ ਏ ਜਾਂ ਖੁਸ਼ੀ ਚਾਹੀਦੀ ਏ? ਤੂੰ ਅਮੀਰ ਬਣਨਾ ਚਾਹੁੰਦੇ ਜਾਂ ਖੁਸ਼ ਰਹਿਣਾ ਚਾਹੁੰਦੇ? ਤੇ ਜਵਾਬ ਹੋਵੇਗਾ, ਖੁਸ਼ ਰਹਿਣਾ ਚਾਹੁੰਦਾ। ਸਾਨੂੰ ਇੱਕ ਭੁਲੇਖਾ ਜਨਮ ਤੋਂ ਪੈ ਗਿਆ, ਕਿਉਂਕਿ ਸਾਨੂੰ ਜਨਮ ਦੇਣ ਵਾਲਿਆਂ ਨੂੰ ਭੁਲੇਖਾ ਪਿਆ ਹੋਇਆ ਸੀ। ਉਹ ਭੁਲੇਖਾ ਸਾਨੂੰ ਪੈ ਗਿਆ ਕਿ ਪਦਾਰਥਾਂ ਵਿੱਚ ਖੁਸ਼ੀ ਹੈ, ਪਦਾਰਥਾਂ ਵਿੱਚ ਆਨੰਦ ਹੈ, ਪਰ ਧਿਆਨ ਦੇਵਿਓ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ, ਦੋਹੋਂ ਵਿਵਸਥਾ ਤੇ ਜੋ ਮੁਗਤਾ ਸੋਈ ਸੁਹੇਲਾ ਭਾਲੀਏ। ਕਿਉਂਕਿ ਵੱਡੇ ਵੱਡੇ ਜੋ ਦੇਸ਼ਾਂ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਵੱਡੇ ਵੱਡੇ ਲੋਕਾਂ ਨੂੰ ਮਿਲ ਕੇ ਵੇਖੋ, ਖੁਸ਼ੀ ਨਾਮ ਦੀ ਚੀਜ਼, ਖੁਸ਼ੀ ਨਾਮ ਦੀ ਚੀਜ਼ ਵਸਤੂ, ਆਨੰਦ ਵਰਗੀ ਵਸਤੂ ਤੁਹਾਨੂੰ ਉਹਨਾਂ ਕੋਲ ਨਜ਼ਰ ਨਹੀਂ ਆਵੇਗੀ। ਹਾਂ, ਜਿਨ੍ਹਾਂ ਦੇ ਕੋਲ ਅਰਦਾਸਾਂ ਆ ਗਈਆਂ, ਅਰਜ਼ੋਈਆਂ ਆ ਗਈਆਂ, ਬੇਨਤੀਆਂ ਆ ਗਈਆਂ, ਉਹਨਾਂ ਬਾਰੇ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਆਨੰਦ ਸੁਨੋਵਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂੜੇ। ਵਾਹਿਗੁਰੂ ਕੋਲ ਬੇਨਤੀ ਕਰਨੀ, ਲਾਭ ਕੀ ਹੋਵੇਗਾ? ਚਾਰ ਪਦਾਰਥ ਪ੍ਰਾਪਤ ਹੋਣਗੇ, ਆਨੰਦ
खुशी का खजाना, बेअंत खुशियां, बेअंत आनंद सानू जीवन दे अंदर प्राप्त होवेगा। सुख सहज सिद्ध लहिया, सिद्ध यह है करामाती ताकत। वाहिगुरु कोल बेनती करन वाला, वाहिगुरु की शरण विच पैन वाला, अरदासां करन वाला दुनियावी ताकतां दा भी मालक बन जांदा है। रिद्धियां सिद्धियां उसके मगर तुरिया फिर दिया ने। आ बढ़ते हो ना बचन महाराज दे, रिद्ध सिद्ध नामे की दासी, जिथे नाम उथे रिद्धियां सिद्धियां आपे आ जाएंगे। महाराज ने इसी वास्ते कृपा की, ब्रह्म बिंदा है तिस दा ब्रह्मत रहै एक शब्द लिव लाए, नव नीति 18 सिद्धि पिछे लगिया फिरें, जो हर हिरदे सदा वसाए। रिद्ध सिद्ध महाराज आखदे ने चार पदार्थ आनगे, आनंद खुशियां दे खजाने तेनू प्राप्त होणगे, ते सिद्धियां भी तेनू जीवन दे अंदर प्राप्त हो जाणगियां। पर अरजोइयां करन वाला पदार्था नाल नहीं जुड़दा, केवल आनंद खुशी नाल नहीं जुड़दा, केवल दुनियावी ताकतां सिद्धियां सिद्धियां दे नाल नहीं जुड़दा, बल्कि अरदास करदा है, हर बिन जियो जल बल जाओ, मैं अपना गुरपूछ देखिया अवर नाही थाओ। क्योंकि महाराज कृपा करदे ने, मोती ता मंदर उसरे रतनी ता होए जड़ाओ, कस्तूर कुंगू अगर चंदन लीप आवे चाओ, मत देख पूला विसरे तेरा चित ना आवे नाओ। फिर आखदे ने वाहिगुरु जी मेरे कोल रिद्धियां सिद्धियां होन, मैं गुप्त होवा चाहवा गुप्त हो जावा, प्रगट होना चाहवा प्रगट हो जावा, पर वेखी मेरे ते कृपा करी, मैं कितने इन्हां विच ही फस के अपना जीवन ना गुजार दिया। क्योंकि सिद्ध होवा सिद्ध लाई रिद्ध आखा आओ, गुप्त प्रगट होए बैसा लोक राखे पाओ, मत देख भूला विसरा तेरा चित ना आवे नाओ। पातशाह जी कृपा करदे ने वाहिगुरु कोल बेनती करिए, हरी कोल बेनती करिए, लाभ की होवेगा, चार पदार्थ मिलनगे, आनंद खुशियां जीवन दे अंदर मिलनगिया, ते सिद्धा भी जरिया हन ओ प्राप्त होणगिया। रहाओ मान ते आग हर चरनी लागो, तिस प्रभ अंचल गहिया। फिर वेखो आत्मक अडोलता प्राप्त करने वास्ते बंदा जंगला विच जांदा है, ते महाराज आखदे ने वाहिगुरु कोल बेनती करेगा तेनू आत्मक अडोलता भी प्राप्त होवेगी। हुण मान त्याग गुर चरनी लागू, लागू तो भाव मैं लगा, हंकार छड के मैं वाहिगुरु दे चरनी लगदा हां। एक गल स्पष्ट हो गई, हंकारी बंदा मान करन वाला बंदा कदी वाहिगुरु दे चरना नाल लग नहीं सकता। गुरु सवारियो जिन्ने संगत विच बैठे होए हो, जिन्ने अपने घरां दे विच देशां विदेशां दे विच बैठे होए हो, एक गल आज जरूर अपने पल्ले बन लैनी, जे चाहने हां कि वाहिगुरु दे चरणा विच चित जुड़े ते पहला मान छड़ना पवेगा। क्योंकि हंकारियां निंदका पिठ दे नाम दियो मुख लाया, जब हम होते तब तू नाही, अब तू ही मैं नाही। ये पढ़ना काफी नहीं, जीवन अंदर अपने विचर दिया इस गल दे धारनी भी होना है। पढ़ता मैं भी देवांगा, पढ़ने वाले बड़े ने,
विचारन वाले भी बड़े ने। कबीर मेरा मुझ में किश नहीं, जो किश है सो तेरा, तेरा तुझको सौंपते क्या लागे मेरा। इनू अमल विच कौन लियावेगा? जेड़ा गुरु की कृपा का पात्र बनेगा, जिन्हें बेनती की अरजोई की अरदास की उन्हें आख दिता हमरी गंत न गनिया काई, अपना बिरद पछाण। वो मान नहीं करता, मान त्याग देता है, क्योंकि उन्हें पता है साकत हर साध न जानिया तिन अंतर होमे कंडा है। गुरमुख कदी मान नहीं करेगा, हां मान करता है पर किंदे उते रब उते। प्याखदे मान करो तो दे उपरे मेरे प्रीतम प्यारे। सतगुरु जी कृपा करदे ने मैं मान त्याग के हंकार त्याग के वाहिगुरु दे चरनी लगदा हां, लागू मैं लगदा हां, वाहिगुरु परमात्मा दे चरनी मैं लगदा हां। तिस प्रभ अंचल गहिया, ते उस वाहिगुरु परमात्मा दा वेखो पहला गल कीती, मैं मान त्याग के गुरु वाहिगुरु दे चरनी लगदा, ते प्रेरणा कीती सबना नू आओ भाई ऐसे वाहिगुरु परमात्मा दे चरनी लगिए, ऐसे वाहिगुरु परमात्मा दा लड़ फड़िए, ऐसे वाहिगुरु दा पल्ला फड़िए। बचन है ना सतगुरां दी पावन बाणी दा, उस्तत निंदा नानक जी में हब वंजाई, छोड़िया हब किस त्यागी, हबे साख कुड़ावे डिठे तो पल्ले तेंडे लागी। ते फिर होया कि करगा लीनी साजने जन्म जन्म के मीत, चरने दासी कर लई नानक प्रभ हित चीत। जदों आपा भाव त्यागांगे वाहिगुरु दे चरनी लगांगे, ते जदों उस वाहिगुरु परमात्मा दा लड़ फड़ांगे, फिर की प्राप्ति होवेगी? अगलियां पंक्तियां दे अंदर कृपा कीती, आंच ना लागे अगन सागर ते, सरन स्वामी की अहिया। आंच ना लागे अगन सागर ते, सरन स्वामी की अहिया। आंच सेक, आंच दा भाव है सेक। दुनिया विच रहिंदिया विकारां दी अग तृष्णा दी अग दा सेक नहीं लगेगा, ऐसे वाहिगुरु दी शरण विच आ जाइए, जिस दी शरण विच प्या सेक नहीं लगदा। प्यारियो चार प्रकार दी अग दा जिक्र सतगुरां ने बाणी विच बार बार कीता है, आपा पढ़दे हां। जठर अगन, बड़वा नल अगन, दौ अगन प्रताख अगन। एक माता दे पेट दी अग है जिन्हों जठर अगन कहा जाता है, एक जंगल दी अग है जिस बारे महाराज ने कृपा की, दावा अगन बहुत त्रिन जाले कोई हरियो बूट रहो री। दावा अगन जंगल दी अग, बड़वा नल अग्नि समुंदर दी अग, ते प्रथक अग्नि जिहड़ी आपां घर विच बालदे हां। पर सतगुरां ने एक होर अग दा जिक्र कीता जिहड़ी साडे अंदर बल रही है, ते उस नदी दी एक, उस अग दी एक नदी नहीं चार नदियां ने, चार नदियां। महाराज ने पावन बाणी दे अंदर कृपा कीती, साडे अंदर वग रही ने वो नदियां, पर जेड़े वाहिगुरु की कृपा दे पात्र बन जाते हैं, जिन्हां उत्ते वाहिगुरु बख्शिश करदा है,
ਉਸ ਸੰਸਾਰ ਵਿੱਚ ਵਿਚਰਦਿਆਂ ਉਸ ਅੱਗ ਤੋਂ ਵੀ ਬਚੇ ਰਹਿੰਦੇ ਹਨ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ। ਜਿਹੜੇ ਉਹਨਾਂ ਅੱਗਾਂ ਦੇ ਵਿੱਚ ਪੈ ਜਾਂਦੇ ਨੇ ਸੜ ਜਾਂਦੇ ਨੇ, ਪਰ ਜਿਹੜੇ ਵਾਹਿਗੁਰੂ ਦਾ ਅੰਚਲ ਫੜ ਲੈਂਦੇ ਨੇ, ਲੜ ਫੜ ਲੈਂਦੇ ਨੇ, ਵਾਹਿਗੁਰੂ ਦਾ ਸਹਾਰਾ ਲੈ ਲੈਂਦੇ ਨੇ, ਉਹਨਾਂ ਨੂੰ ਉਹ ਅੱਗ ਸਾੜਦੀ ਨਹੀਂ। ਅੱਗ ਸਾੜਦੀ ਨਹੀਂ ਕਿਹੜੀ? ਵਿਕਾਰਾਂ ਦੀ, ਤ੍ਰਿਸ਼ਨਾ ਦੀ ਅੱਗ ਉਹਨਾਂ ਨੂੰ ਸਾੜਦੀ ਨਹੀਂ। ਜਿਹੜੇ ਵਾਹਿਗੁਰੂ ਦਾ ਲੜ ਫੜਦੇ ਨੇ, ਵਾਹਿਗੁਰੂ ਦਾ ਅੰਚਲ ਫੜਦੇ ਨੇ, ਕਿਉਂਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਅੱਗ ਦਾ ਸਾਗਰ ਜਿਹੜਾ ਹੈ ਉਸਦਾ ਸੇਕ ਨਹੀਂ ਲੱਗੇਗਾ। ਦੇਖੋ ਮਹਾਰਾਜ ਨੇ ਬੜੀ ਕਿਰਪਾ ਕੀਤੀ, ਪ੍ਰਤਪਾਲ ਮਾਤਾ ਉਧਰ ਰੱਖੈ ਲਗਨ ਦੇਤ ਨਾ ਸੇਕ। ਜਿਹੜਾ ਵਾਹਿਗੁਰੂ ਮਾਤਾ ਦੇ ਉਧਰ ਵਿੱਚ ਤੇਰੀ ਪ੍ਰਤਪਾਲਨਾ ਕਰਦਾ, ਜਿੱਥੇ ਜਠਰ ਅਗਨ ਬਲ ਰਹੀ ਹੈ ਉੱਥੇ ਤੈਨੂੰ ਸੇਕ ਨਹੀਂ ਲੱਗਣ ਦਿੰਦਾ। ਬਚਨ ਹੈ ਪ੍ਰਤਪਾਲ ਮਾਤਾ ਉਧਰ ਰੱਖੈ ਲਗਨ ਦੇਤ ਨਾ ਸੇਕ, ਸੋਈ ਸੁਆਮੀ ਈਹਾਂ ਰੱਖੈ। ਪਰ ਅਗਲੀ ਗੱਲ, ਬੂਝ ਬੁੱਧ ਬਵੇਕ, ਬਵੇਕ ਵਾਲੀ ਬੁੱਧੀ ਨੂੰ ਧਾਰਨ ਕਰਕੇ ਵਾਹਿਗੁਰੂ ਪਰਮਾਤਮਾ ਨੂੰ ਬੁੱਝ, ਵਾਹਿਗੁਰੂ ਪਰਮਾਤਮਾ ਨੂੰ ਜਾਣ ਤੇ ਭਲਿਆ। ਜਿਹੜਾ ਵਾਹਿਗੁਰੂ ਪਰਮਾਤਮਾ ਮਾਤਾ ਦੇ ਉਧਰ ਵਿੱਚ ਤੇਰੀ ਰੱਖਿਆ ਕਰਦਾ ਹੈ, ਉਹ ਸੰਸਾਰੀ ਅਗਨ ਜਿਹੜੀ ਨਾ ਇਸ ਤੋਂ ਵੀ ਤੇਰੀ ਰੱਖਿਆ ਕਰ ਸਕਦਾ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਰੀ, ਜਿਨ ਤੂੰ ਸਾਜ ਸੁਆਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਮਹਾਰਾਜ ਕਿਰਪਾ ਕਰਦੇ ਨੇ, ਉਹਨੂੰ ਚੇਤੇ ਰੱਖ, ਉਸ ਵਾਹਿਗੁਰੂ ਪਰਮਾਤਮਾ ਦਾ ਲੜ ਫੜ ਤੇ ਫਿਰ ਕੀ ਹੋਵੇਗਾ? ਸੇਕ ਨਹੀਂ ਤੈਨੂੰ ਲੱਗੇਗਾ, ਫਿਰ ਦੁਨੀਆਂ ਦੀ ਅੱਗ ਦਾ ਸੇਕ ਤੈਨੂੰ ਨਹੀਂ ਲੱਗੇਗਾ। ਵੇਖੋ ਹਰ ਬੰਦਾ ਝੁਲਸਿਆ ਪਿਆ, ਹਰ ਬੰਦਾ ਕੁਮਲਾਇਆ ਪਿਆ, ਪਰ ਜਿਹੜੇ ਵਾਹਿਗੁਰੂ ਦੀ ਟੇਕ ਲੈਂਦੇ ਨੇ ਉਹ ਆਖਦੇ ਨੇ ਤੂੰ ਮੇਰੋ ਮੇਰ ਪਰਵਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਵਾਹਿਗੁਰੂ ਪਰਮਾਤਮਾ ਦਾ ਸਹਾਰਾ ਲਏਗਾ ਜਿਹੜਾ, ਉਹਨੂੰ ਸੇਕ ਨਹੀਂ ਲੱਗੇਗਾ, ਉਹਨੂੰ ਦੁਨਿਆਵੀ ਅੱਗ ਦਾ ਸੇਕ ਨਹੀਂ ਲੱਗੇਗਾ। ਅੱਜ ਹਰ ਪਾਸੇ ਆਪਾਂ ਵੇਖਦੇ ਹਾਂ, ਕਿਧਰੇ ਸਾਧ ਸੰਗਤ ਪਤਿਤ ਪੁਰੀ ਦਾ ਸੇਕ, ਕਿਧਰੇ ਆ ਦੁਨਿਆਵੀ ਨਸ਼ਿਆਂ ਦਾ ਸੇਕ। ਇਹਨਾਂ ਸੇਕਾਂ ਤੋਂ ਬਚ ਜਾਵਾਂਗੇ, ਸਾਡੇ ਘਰ ਜਿਹੜੀ ਅੱਗ ਲੱਗੀ ਹੋਈ ਹੈ ਬੁੱਝ ਸਕਦੀ ਹੈ, ਜੇ ਬਾਣੀ ਦਾ ਆਸਰਾ ਲਈਏ, ਬਾਣੀ ਦੇ ਧਾਰਨੀ ਹੋਈਏ, ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ, ਵਾਹਿਗੁਰੂ ਦਾ ਲੜ ਫੜ ਲਈਏ, ਵਾਹਿਗੁਰੂ ਪਰਮਾਤਮਾ ਦੇ ਚਰਨ ਵਿੱਚ ਪੈ ਜਾਈਏ ਤੇ ਆਖੀਏ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀਜ਼ਾ ਰੋਏ ਜਾਣ ਲੱਗ ਚਿੱਤ ਨਾ ਆਵਈ। ਸਤਿਗੁਰੂ ਕਿਰਪਾ ਕਰਦੇ ਨੇ ਅਗਨ ਸਾਗਰ ਜਿਹੜਾ ਨਾ ਇਸ ਦਾ ਸੇਕ, ਵਿਕਾਰਾਂ ਦਾ ਸੇਕ, ਦੁਨਿਆਵੀ ਤ੍ਰਿਸ਼ਨਾ ਦਾ ਸੇਕ ਤੈਨੂੰ ਨਹੀਂ ਲੱਗੇਗਾ। ਕਦੋਂ? ਜਦੋਂ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਇਉਂ ਪੈ ਜਾਵੇਗਾ, ਅਬ ਹਮ ਚਲੀ ਠਾਕੁਰ ਪੈ ਹਾਰ,
जब हम शरण प्रभु की आई राठ प्रभु भावे मार लोगन की चतुराई उपमा ते बैसंतर जार कोई भला कहो भावे बुरा कहो हम तन दियो है तार शरण विच पैने ताई गहे जब ते तुमरे तब ते को आंख तरे नी आनियो क्योंकि महाराज कृपा दे घर विच आख देने जो सुख को चाहे सदा शरण राम की ले किड़ा सौखा टंग दसिया वाहिगुरु की शरण विच पै जा वाहिगुरु की हजूरी विच आ जा फिर तैनू किसी तरह का कोई सेक विकारां दा तृष्णा की अग दा नहीं लगेगा कूट पराद महा अकृत घन बाहुर बाहुर प्रभ सही है सत संगत इस पंक्ति नू ध्यान नाल वेखना है महाराज कृपा कर देने कोट पराद महा अकृत घन बहुर बहुर प्रभ सही है बहुर बहुर तो भाव है मुड़ मुड़ वाहिगुरु परमात्मा वड्डे अकृत घन जिहड़े ने पापी बंदे पाप करन वाले उन्हां दे सहार दा है तुसी कहोगे पाप अकृत घना ने कीते ते वाहिगुरु परमात्मा उन्हां दे कीते हुए पापा नूं बोड़ मुड़ बार बार सहार दा है वेखो बचन है कोट पराद महा अकृत घन बहुर बौर हर सही है प्रभ सही है वड्डे अकृत घन भाव जिहड़े रब वल्लों मुनकर ने रब दे कीते परउपकारां नूं भुल जांदे ने उन्हां दे पाप वाहिगुरु परमात्मा बार बार सहिंदा है इस गल नूं इउं समझ लईए आ कोई बंदा साडा नौकरी होवे साडा पुत्र होवे साडी धी होवे ते असीं कहिंदे आं वी मैं कई वारी तेरी गल सहन कर ली पर अगो ध्यान रख जे मुड़ के गलती कीती ते मैं तेरी गल सहन नहीं करनी ये तो साडी हालत है ये साडी हालत है प्यो पुत्र नूं कह दिंदा है मालक नौकर नूं कह दिंदा है मां प्यो धी नूं कह दिंदे ने त्यों बड़िया गलतियां कीतियां ने मैं बड़िया सहारियां ने सहन कर लिया ने पर अगों वास्ते कीती ते मैं सहारांगा नहीं वाहिगुरु का बिरद की है महाराज आखदे ने वड्डे वड्डे अकृत घन वड्डे वड्डे पापी पाप करन वाले पाप करदे ने पर वाहिगुरु परमात्मा अपने बिरद वाणी की लाख रखता है क्योंकि वड्डे जिगरे वाला है वह सहारदा है बार बार सहन करदा है इसे वास्ते आख्या ना हां अपराधी गुनेगार हां बेमुख मंदा चोर यार जुआर फिर ध्यान देवियो चोर यार जुआर हो मैं चोर भी हां यार भी हां ते जुआरी भी हां बेमुख मंदा फिर ध्यान देवियो अगे कृपा कीती निंदक दुष्ट हराम खोर निंदक दुष्ट हराम खोर हंकार करंदा काम क्रोध मद लोभ मोह ये सारिया गल्लां मेरे विच ने काम क्रोध मद लोभ मोह हंकार करंदा विश्वास घाती अकृत घन मैं को ना रखंदा सिमर मरीदा ढाडिया सतगुर बख्शंदा एक बचन आपा बिलावल राग दे अंदर पढ़दे हां तुम समर्था कारण करण ढाकन ढाक गोबिंद गुर मेरे मोहे अपराधी चरण शरण चरण जो जो कीनो सो जाने पेख्यो ठौर नहीं कष्टीठ मुकरन बड़ प्रताप सुनियो प्रभ तुमरो कोट अगा तेरो नाम हरन हमरो सुहाओ सदा सद भूलन तुमरो बिरद पद त्यो धरन करुणा में कृपाल कृपा निध
जीवन पद नानक हर दर्शन वड़े वड़े अकृत घन पापिया दे जेरे किते हुए पाप ने वाहिगुरु परमात्मा उन्होंने बार बार सहारदा है भाव वड़े जिगरे वाला है उन्हां उत्ते फिर भी कृपा करदा है करुणा मैं पूरन परमेश्वर नानक तिस सर नहीं है जेरा वाहिगुरु परमात्मा तरसदा घर है पूर्ण है मुकम्मल है ऐसे परमेश्वर दी शरण जिहड़ी है महाराज आखदे ने आ जाइए उसकी शरण विच पै जाइए समुचे शब्द दा भाव अर्थ यह है वाहिगुरु दी हजूरी ग्रहण करिए ते जिहड़े अपने पाप ने कुकर्म ने चोरियां ने ठगियां ने उन्हां नूं बंदियां कोलो भावें लकाओ पर वाहिगुरु कोलो लुकाण दा यतन ना करो उस दे चरणां विच अरदासा करो ते ओ बख्शंद है ओ जरूर कृपा करेगा समुचे शब्द दा भाव अर्थ यह है वाहिगुरु दी शरण विच पवांगे अरदासा करांगे दुनिया दे सुख भी मिलणगे पर लोक दा सुख भी प्राप्त होवेगा इन्नी कु बचन पावन शब्द दे आधार ते आप जी दे नाल सांझे करदा होया फतेह बुलांदा हां जी भुला चुकां दी खिमा आओ अखीरलियां पंक्तियां दा पाठ सरवण करो जी कोट पराध महा अकृत घन बाहुर बाहुर प्रभ सहिया करुणा पूरन परमेश्वर नानक तिस सर नहिया वाहिगुरु जी का खालसा वाहिगुरु जी की फतेह उठा ठे सब है।